नहीं जी, नेटवर्क। अस्सलाम वालेकुम, तुसी देख रहे हो रेलवे स्टेशन करतारपुर दरबार साहिब। अस्सलाम वालेकुम जी, मैं हाँ तुहाडा अपना होस्ट बाबा जी और तुसी देख रहे हो रेडियो वॉइस ऑफ पंजाब टैक्सिस ह्यूस्टन तो इको एक पंजाबी रेडियो। वीर कमलप्रीत सिंह जी, के पी सिंह जी रन कर रहे हैं और मैं इस वेले खलोता है वहाँ रेलवे स्टेशन दरबार साहब करतारपुर। मैं इधर भी देख रहा वहाँ तो मैं इधर भी देख रहा, दोवें पासे देख रहा, लेकिन कोई गड्डी नहीं दिसदी। हूँ इस रेलवे स्टेशन के उत्ते जिदा कि दरबार साहब करतारपुर कोरीडोर की अहमियत असी तुहानू दसी, उसका लांघा भी दसिया, लेकिन जोड़ा असल लांघा सी वह तो यही सी। इस जिस जगह देते मैं खलोता होया वहाँ, इस जगह के उत्ते आके लोग अपना समान ला के रखते सी कि मीह कणी तो बचण वास्ते इस जगह के उत्ते, इस जगह के उत्ते क्योंकि इतने बहुत ज़्यादा घट जो संगत आदि सन सिर्फ उस वेले रेलवे स्टेशन ज़्यादा ओपन किया जाता सी इस वेले, वरना बहुत घट लोग जोड़े सन ए सफ़र करते सन। लेकिन जो जो ट्रैक बनते गए रोड बनते गए तो फिर इन्ह की अहमियत घट होंगी गई, लेकिन आहिस्ता आहिस्ता ऐसी अहमियत घट हुई। 87 तो बाद तो बिल्कुल ही समझ लो कि नामो निशान ही इन्होंने मिटने शुरू हो गए। फिर 91-92 तक तो ट्रेन चलती रही, लेकिन उस तो बाद यात्री इस रस्ते आना जो बंद हो गया। ठीक है जी, तो ये तुसी देख रहे हो जिहड़े सीन्स ने ए लॉस्ट, मैं कहांगा कि रेलवे स्टेशन जिहड़ा है दरबार साहिब करतारपुर वालों तुसी जदों लाहौरों आते हो, यह ट्रैक जिहड़ा तुहानू लाहौर तो आ रहा है जी, ਤੁਹਾਨੂੰ ਲਾਹੌਰ ਤੋਂ ਆਉਂਦਾ, ਜੱਸੜ ਤੋਂ ਆਉਂਦਾ ਔਰ ਡੇਰਾ ਬਾਬਾ ਗੁਰੂ ਨਾਨਕ ਸਾਹਿਬ ਤੋਂ ਆਉਂਦਾ ਸੀ ਇਹ ਵਾਲਾ ਟਰੈਕ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਆਉਂਦੇ ਸੀ ਚੱਕਮਰੂ ਵੱਲ ਜਾਂਦੇ ਸੀ ਅਤੇ ਇਹ ਵਾਲਾ ਟਰੈਕ ਜਿਹੜਾ ਤੁਸੀਂ ਚੱਕਮਰੂ ਵੱਲ ਸ਼ਕਰਗੜ੍ਹ ਬੁਸਤਾਨ ਅਫਗਾਨਾ ਨੂਰਕੋਟ ਤਹਿਸੀਲ ਸ਼ਕਰਗੜ੍ਹ ਤੱਕ ਹੈ ਜਾਂਦਾ ਸੀ। ਦੇਖੋ ਅਸਲ ਅੱਜ ਜਿਹੜੇ ਕੋਰੀਡੋਰ ਦੀ ਗੱਲ ਕੀਤੀ ਜਾ ਰਹੀ ਹੈ, ਅਸਲ ਕੋਰੀਡੋਰ ਜਿਹੜਾ ਸੀ ਉਹ ਇਹ ਸੀ ਜਿਹਨੂੰ ਕਿ ਰੇਲਵੇ ਸਟੇਸ਼ਨ ਕਿਹਾ ਜਾਂਦਾ, ਜਿਹੜੇ ਜਿੱਥੋਂ ਕਿ ਤੁਸੀਂ ਕਹਿ ਲਵੋ ਬਹੁਤ ਜ਼ਿਆਦਾ ਸਾਰੇ ਲੋਕ ਜਿਹੜੇ ਸਨ ਹੁਮਮ ਆ ਕੇ ਸੰਗਤਾਂ ਜਿਹੜੀਆਂ ਨੇ ਬਾਬਾ ਗੁਰੂ ਨਾਨਕ ਸਾਹਿਬ ਦੇ ਦਰਬਾਰ ਸਾਹਿਬ ਕਰਤਾਰਪੁਰ ਦੇ ਵਿੱਚ ਆਉਂਦੀਆਂ ਸਨ। ਪਲੀਜ਼, ਦਿਸ ਵੀਡੀਓ ਇਜ਼ ਬਿਲੋਂਗ ਟੂ ਰੇਡੀਓ ਵਾਇਸ ਆਫ ਪੰਜਾਬ, ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਐਂਡ ਸ਼ੇਅਰ ਓਨ ਪੇਜ ਵਿਦਆਊਟ ਆਫ ਦ ਲਿੰਕ ਆਫ ਰੇਡੀਓ ਵਾਇਸ ਆਫ ਪੰਜਾਬ, ਔਰ ਤੁਸੀਂ ਯੂਟਿਊਬ ਦੇ ਉੱਤੇ ਵੀ ਇਹਨੂੰ ਸ਼ੇਅਰ ਨਹੀਂ ਕਰ ਸਕਦੇ, ਵਰਨਾ ਰੇਡੀਓ ਵਾਇਸ ਆਫ ਪੰਜਾਬ ਉਸ ਬੰਦੇ ਦੇ ਖਿਲਾਫ਼ ਲੀਗਲ ਕਾਰਵਾਈ ਕਰੇਗਾ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਕਰਤਾਰਪੁਰ, ਇਹ ਉਪਰਾਲਾ ਜਿਹੜਾ ਰੇਡੀਓ ਵਾਇਸ ਆਫ ਪੰਜਾਬ ਤਰਫੋਂ ਕੀਤਾ ਗਿਆ ਪਾਕਿਸਤਾਨੀ ਪੰਜਾਬ ਨਾਰੋਵਾਲ ਦੇ ਵਿੱਚ, ਜਿੱਥੇ ਅੱਜ ਕੱਲ੍ਹ ਅਸੀਂ ਤੁਹਾਨੂੰ ਥੋੜ੍ਹੀ ਦੇਰ ਪਹਿਲੇ ਵੀਡੀਓ ਦਿਖਾ ਕੇ ਲੈ ਕੇ ਆਏ ਹਾਂ। ਇੱਥੋਂ 2.25 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਹੀ ਦਰਬਾਰ ਸਾਹਿਬ ਕਰਤਾਰਪੁਰ ਹੈ ਔਰ ਉੱਥੇ ਬਹੁਤ ਚਰਚਾ ਹੈ ਇਸ ਵਕਤ ਕਿ ਵੀ ਲਾਂਘਾ ਖੁੱਲ੍ਹ ਰਿਹਾ, ਲਾਂਘਾ ਖੁੱਲ੍ਹ ਰਿਹਾ, ਲੇਕਿਨ ਸਭ ਸੰਗਤ ਨੂੰ ਜਗਤ ਸੰਗਤ ਨੂੰ ਪਤਾ ਹੋਣਾ ਚਾਹੀਦਾ ਕਿ ਅਸਲ ਜਿਹੜਾ ਕੋਰੀਡੋਰ ਹੈ, ਅਸਲ ਜਿਹੜਾ ਰਸਤਾ ਹੈ ਉਹ ਕਿਹੜਾ ਹੈ। ਇਹ ਹੈ ਜੀ ਉਹ ਜਗ੍ਹਾ ਜਿੱਥੋਂ ਰੇਲਵੇ ਸਟੇਸ਼ਨ ਕਦੇ ਆਬਾਦ ਸੀ, ਕਦੇ ਰੇਲਵੇ ਸਟੇਸ਼ਨ ਚੱਲਦਾ ਸੀ, ਔਰ ਉੱਤੇ ਦੇਖ ਲਓ ਇੰਗਲਿਸ਼ ਔਰ ਉਰਦੂ ਦੇ ਵਿੱਚ, ਸ਼ਾਹਮੁਖੀ 'ਚ ਔਰ ਇੰਗਲਿਸ਼ ਦੇ ਵਿੱਚ ਦੋਵਾਂ 'ਚ ਲਿਖਿਆ ਹੋਇਆ ਦਰਬਾਰ ਸਾਹਿਬ ਕਰਤਾਰਪੁਰ। ਠੀਕ ਹੈ ਜੀ, ਇੱਥੋਂ ਹੀ ਮੇਰੇ ਪੁਰਖਾਂ ਦਾ ਪਿੰਡ ਬਿਲਕੁਲ ਨੇੜੇ ਸੀ, ਮੇਰੀ ਸ਼ਾਦੀ ਵੀ ਇਸੇ ਪਾਸੇ ਹੀ ਹੋਈ ਹੋਈ ਹੈ, ਇਸ ਲਈ ਮੈਨੂੰ ਡੀਪਲੀ ਇਸ ਜਗ੍ਹਾ ਦੇ ਨਾਲ ਬਹੁਤ ਜ਼ਿਆਦਾ ਸਾਰਾ ਪਿਆਰ ਹੈ। ਇਹ ਸਟੇਸ਼ਨ ਮਾਸਟਰ ਦਾ ਕਮਰਾ ਹੈ ਜੀ, ਔਰ ਇਸ ਜਗ੍ਹਾ ਦੇ ਉੱਤੇ ਅਗਰ ਤੁਸੀਂ ਦੇਖੋ ਅੰਦਰ ਜਾਓ ਤਾਂ ਮੁਸਾਫਰਖਾਨਾ ਹੈ, ਰੈਸਟ ਏਰੀਆ ਸੀ, ਔਰ ਰੇਲਵੇ ਦੀਆਂ ਛੱਤਾਂ ਪੁਰਾਣੀਆਂ, ਔਰ ਇੱਥੇ ਟ੍ਰੇਨ ਦੀ ਆਮਦੋ ਰਫਤ ਪੂਰਾ ਸਕੈਜੂਅਲ ਲਿਖਿਆ ਹੋਇਆ ਕਿ ਕਿਹੜੀ ਟ੍ਰੇਨ ਕਿੱਥੋਂ ਕਿੰਨੇ ਵਜੇ ਚੱਲਣੀ ਹੈ, ਆਉਣੀ ਹੈ, ਜਾਣੀ ਹੈ, ਲਾਹੌਰ ਤੋਂ ਲੈ ਕੇ ਇੱਥੇ ਤੱਕ ਦਾ ਟਰੈਕ ਔਰ ਪਿਸ਼ਾਵਰ ਤੋਂ ਲੈ ਕੇ ਇੱਥੇ ਤੱਕ ਦਾ ਪੂਰਾ ਟਰੈਕ ਜਿਹੜਾ ਹਲਕਾ ਹਲਕਾ ਲਿਖਿਆ ਹੋਇਆ ਨਜ਼ਰ ਆਉਂਦਾ। ਕਹਿੰਦੇ ਨੇ ਗਾੜੀਓਂ ਕੀ ਆਮਦ ਰਫਤ ਕੇ ਔਕਾਤ ਔਰ ਫਹਿਰਿਸਤ ਕਿਰਾਇਆਨਾਮਾ ਲਾਹੌਰ ਤੋਂ ਬਦਾਮੀ ਬਾਗ, ਸ਼ਾਹਦਰਾ, ਫਿਰ ਉਸ ਤੋਂ ਬਾਅਦ ਮਹਿਤਾ ਸੋਜਾ, ਨਾਰੰਗ ਮੰਡੀ, ਢਾਬਨ ਸਿੰਘ ਵਾਲਾ, ਔਰ ਉਸ ਤੋਂ ਬਾਅਦ ਅੱਗੇ ਜਿਹੜੇ ਨੇ ਸਟੇਸ਼ਨ ਜਿਹੜੇ ਨੇ ਉਹ ਚੱਲਦੇ 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 ਜਿਹੜੇ ਨੇ ਚੱਕਮਰੂ ਤੱਕ ਆਉਂਦੇ ਸੀ।
ਔਰ ਦਰਬਾਰ ਸਾਹਿਬ ਕਰਤਾਰਪੁਰ ਤੱਕ ਆਉਂਦੇ ਸੀ। ਇਹ ਉਹ ਨਜ਼ਾਰੇ ਨੇ ਜਿਹੜਾ ਕਿ ਕੋਈ ਚੈਨਲ ਨਹੀਂ ਦਿਖਾਉਂਦਾ, ਜਿਹੜਾ ਕਿ ਕੋਈ ਵੀ ਸਟੇਸ਼ਨ ਤੁਹਾਨੂੰ ਨਹੀਂ ਦਿਖਾਏਗਾ। ਇਹ ਉਜੜਿਆ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਕਰਤਾਰਪੁਰ ਦਾ ਹੈ ਜੀ। ਇਹ ਤਾਂ ਤੁਸੀਂ ਦੇਖੋ ਜੀ, ਲਿਖਿਆ ਹੋਇਆ ਕਿ ਬਸਤਾਨ ਅਫਗਾਨਾ, ਨੂਰਕੋਟ, ਤਹਿਸੀਲ ਸ਼ਕਰਗੜ੍ਹ, ਮਰਿਆਲ, ਚੱਕਮਰੂ, ਨਾਰੋਵਾਲ, ਰਈਆ ਖਾਸ, ਬਦੋਮੱਲੀ, ਹਾਂਜੀ ਰਈਆ ਖਾਸ, ਗੁਰਪ੍ਰੀਤ ਸਿੰਘ ਘੁੱਗੀ ਦਾ ਪਿੰਡ, ਠੀਕ ਹੈ ਜੀ, ਬਦੋਮੱਲੀ, ਨਾਰੰਗ ਮੰਡੀ, ਸ਼ਾਹਦਰਾ, ਔਰ ਉਸ ਤੋਂ ਬਾਅਦ ਫਿਰ ਲਾਹੌਰ। ਇਹ ਸ਼ਾਹਮੁਖੀ ਦੇ ਅੱਖਰ ਜਿਹੜੇ ਨੇ ਉੱਥੇ ਲਿਖੇ ਹੋਏ, ਨਾਲ ਹੀ ਨਾਲ ਇਹਨਾਂ ਦਾ ਕਿਰਾਇਆਨਾਮਾ ਵੀ ਬਕਾਇਦਾ ਤੌਰ 'ਤੇ ਲਿਖਿਆ ਹੋਇਆ। ਤੁਸੀਂ ਦੇਖ ਰਹੇ ਹੋ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਕਰਤਾਰਪੁਰ, ਔਰ ਇਹਦੀ ਬਾਕੀਆਤ ਰਹਿ ਗਈਆਂ ਨੇ। ਇਹ ਵੈਸਟਰਨ ਸਾਈਡ ਦੇ ਉੱਤੇ ਖੁੱਲ੍ਹਣ ਵਾਲਾ ਸੀ, ਹੁਣ ਹੈ ਜਿੱਥੇ ਦਰਖਤ ਨੇ ਇਹਦੇ ਪਿੱਛੇ ਤੁਹਾਨੂੰ ਨਜ਼ਰ ਜਿਹੜਾ ਆ ਰਿਹਾ, ਉਹ ਰੋਡ ਹੈ ਜਿਹੜਾ ਕਿ ਜਾਂਦਾ ਲਾਹੌਰ ਤੋਂ ਸ਼ਕਰਗੜ੍ਹ ਵਾਲੀ ਸਾਈਡ ਦੇ ਉੱਤੇ। ਇਸ ਸਾਈਡ ਦੇ ਉੱਤੇ ਅਗਰ ਤੁਸੀਂ ਦੇਖਦੇ ਹੋ ਤਾਂ ਸਟੇਸ਼ਨ ਮਾਸਟਰ ਦੇ ਅੰਦਰ ਆਉਣ ਲਈ ਜਾਂ ਟਿਕਟ ਚੈਕਿੰਗ ਵਾਲੀ ਜਿਹੜੀ ਜਗ੍ਹਾ ਮੇਨ, ਉਹ ਇਹੀ ਸੀ, ਠੀਕ ਹੈ ਜੀ। ਆਹ ਦੇਖੋ ਤੁਸੀਂ, ਇਹ ਓਪੋਜ਼ਿਟ ਸਾਈਡ ਹੈ ਜੀ, ਬੈਕ ਸਾਈਡ ਸਾਈਡ ਹੈ ਉਹਦੀ ਰੇਲਵੇ ਸਟੇਸ਼ਨ ਦੀ। ਔਰ ਇਸ ਪਾਸੋਂ ਤੁਸੀਂ ਦੇਖੋ, ਇਹ ਦੋ ਬਾਥਰੂਮ ਨੇ, ਟੋਇਲਟਸ ਜਿਹੜੇ ਨੇ, ਇਹਦੇ ਉੱਤੇ ਬਕਾਇਦਾ ਤੌਰ 'ਤੇ ਲਿਖਿਆ ਹੁੰਦਾ ਸੀ ਜਾਇਜ਼ ਜ਼ਰੂਰਤ ਜਨਾਨਾ ਔਰ ਜਾਇਜ਼ ਜ਼ਰੂਰਤ ਮਰਦਾਨਾ, ਯਾਨੀ ਕਿ ਮੇਲ ਐਂਡ ਫੀਮੇਲ ਬਾਥਰੂਮਸ ਜਿਹੜੇ ਸਨ। ਔਰ ਇੱਥੋਂ ਜਿਹੜਾ ਸਾਹਮਣੇ ਸੜਕ ਪਾਰ ਕਰੋ ਤਾਂ ਦਰਬਾਰ ਸਾਹਿਬ ਕਰਤਾਰਪੁਰ ਦਾ ਰੋਡ ਜਿਹੜਾ ਉਹ ਸ਼ੁਰੂ ਹੋ ਜਾਂਦਾ ਪਰਲੇ ਪਾਸੇ, ਠੀਕ ਹੈ ਜੀ। ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਵੀ ਬਹੁਤ ਅੱਛੀ ਲੱਗੀ ਹੋਏਗੀ, ਜਿਹੜੀ ਕਿ ਅਸੀਂ ਇਸ ਕਾਰਨ ਕੀਤੀ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਹੋ ਸਕੇ, ਲੋਕਾਂ ਨੂੰ ਪਤਾ ਲੱਗ ਸਕੇ ਕਿ ਰੇਲਵੇ ਸਟੇਸ਼ਨ ਵੀ ਇੱਥੇ ਲਾਗੇ ਸੀ, ਔਰ ਇੱਥੇ ਬਕਾਇਦਾ ਗੱਡੀ ਆਉਂਦੀ ਸੀ, ਔਰ ਇੱਥੇ ਪਲੇਟਫਾਰਮ ਵੀ ਹੈ, ਇੱਥੇ ਰੇਲਵੇ ਲਾਈਨ ਵੀ ਹੈ, ਔਰ ਬਕਾਇਦਾ ਤੌਰ ਦੇ ਉੱਤੇ ਸਟੇਸ਼ਨ ਦੇ ਉੱਤੇ ਦਰਬਾਰ ਸਾਹਿਬ ਕਰਤਾਰਪੁਰ ਦਾ ਨਾਮ ਵੀ ਲਿਖਿਆ ਹੋਇਆ ਹੈ। ਇਹ ਨਹੀਂ ਹੈ ਕਿ ਅਸੀਂ ਕੋਈ ਕਹਾਣੀ ਸੁਣਾ ਰਹੇ ਹਾਂ ਜਾਂ ਕੋਈ ਚੀਜ਼ ਕਰ ਰਹੇ ਹਾਂ। ਸਭ ਸੰਗਤਾਂ ਦੇ ਕੋਲ ਇਹ ਵੀਡੀਓ ਅਮਾਨਤ ਹੈ, ਇਹਨੂੰ ਰੀਅਲ ਲਿੰਕ ਦੇ ਨਾਲ ਜਿਹੜਾ ਉਹਨੂੰ ਸ਼ੇਅਰ ਕਰਦੇ ਚੱਲੋ, ਔਰ ਦੁਆ ਕਰੋ ਭਾਈ ਕਮਲਪ੍ਰੀਤ ਸਿੰਘ ਜੀ ਲਈ ਟੈਕਸਸ ਤੋਂ, ਰੇਡੀਓ ਵਾਇਸ ਆਫ ਪੰਜਾਬ ਵਾਲੇ, ਮੈਂ ਉਹਨਾਂ ਦਾ ਔਫੀਸ਼ੀਅਲ ਨੁਮਾਇੰਦਾ ਹਾਂ ਪਾਕਿਸਤਾਨ ਦੇ ਵਿੱਚ ਔਰ ਪਾਕਿਸਤਾਨੀ ਪੰਜਾਬ ਤੋਂ, ਅਤੇ ਤੁਹਾਨੂੰ ਇਹ ਸਾਰਾ ਕੁਝ ਜਿਹੜਾ ਰੇਡੀਓ ਵਾਇਸ ਆਫ ਪੰਜਾਬ ਦੀ ਤਰਫੋਂ ਦਿਖਾਇਆ ਜਾ ਰਿਹਾ ਉਪਰਾਲਾ। ਉਮੀਦ ਕਰਦਾ ਹਾਂ ਕਿ ਤੁਸੀਂ ਹੁਣ ਤੱਕ ਦਾ ਇਹ ਸਾਰਾ ਪ੍ਰੋਗਰਾਮ ਜਿਹੜਾ ਤੁਸੀਂ ਪਸੰਦ ਕਰ ਰਹੇ ਹੋਵੋਗੇ। ਅੱਗੇ ਚੱਲੋ, ਤੁਹਾਨੂੰ ਅਸੀਂ ਕੁਛ ਥੋੜ੍ਹਾ ਜਿਹਾ ਹੋਰ ਦਿਖਾਉਣਾ ਚਾਹੁੰਦੇ ਹਾਂ। ਇਹ ਇੱਕ ਮੋਟਰ ਲੱਗੀ ਹੈ ਜੀ ਕਿਸੇ ਦੀ, ਇੱਥੇ ਕੁਛ ਬੇਰ ਨੇ ਜੀ ਜਿਨ੍ਹਾਂ ਨੂੰ ਮਲਿਆਂ ਦੇ ਬੇਰ ਕਿਹਾ ਜਾਂਦਾ, ਉਹ ਬੇਰ ਜਿਹੜੇ ਹੈ ਜਿਨ੍ਹਾਂ ਦੇ ਮੁਤਲਕ ਇਹ ਵੀ ਮਿਲਦਾ ਕਿ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਸਫ਼ਰ ਕਰਦੇ ਸੀ, ਕਿਉਂ ਆਖਰ ਬੇਰੀਆਂ ਦੇ ਥੱਲੇ ਹੀ ਉਹ ਬੈਠੇ ਨੇ, ਕਿਉਂ ਉੱਥੇ ਬੇਰੀਆਂ ਹੀ ਉੱਗੀਆਂ ਨੇ, ਉਹਦੀ ਰੀਜ਼ਨ ਹੈ ਕਿ ਜਿੱਥੋਂ ਜਿੱਥੋਂ ਨੰਗੇ ਨੇ ਉਸ ਇਲਾਕੇ ਦੇ ਵਿੱਚ, ਖਾਸ ਕਰਕੇ ਸੈਂਟਰਲ ਪੰਜਾਬ ਪਾਕਿਸਤਾਨ ਵਾਲੀ ਸਾਈਡ ਜਿਹੜੀ ਹੈ, ਉੱਥੇ ਮਲੇ ਦਾ ਬੇਰ ਬਹੁਤ ਜ਼ਿਆਦਾ ਹੁੰਦਾ, ਠੀਕ ਹੈ ਜੀ। ਮਲੇ ਦੇ ਬੇਰ ਜਿਹੜੇ ਨੇ ਉਹ ਬੜੇ ਮਿੱਠੇ ਹੁੰਦੇ ਨੇ, ਔਰ ਇਸ ਮੌਸਮ 'ਚ ਸੁਕਾਏ ਜਾਂਦੇ ਨੇ, ਸੁਕਾ ਕੇ ਫਿਰ ਉਸ ਤੋਂ ਬਾਅਦ ਇਸਤੇਮਾਲ ਕੀਤੇ ਜਾਂਦੇ ਨੇ। ਤੁਸੀਂ ਦੇਖੋਗੇ ਕਿ ਅਸੀਂ ਆਪਣੇ ਬਚਪਨ 'ਚ ਬਕਾਇਦਾ ਮਲਿਆਂ ਦੇ ਬੇਰ ਚੁਣਨ ਲਈ ਆਉਂਦੇ ਸੀ, ਇੱਥੇ ਬਹੁਤ ਜ਼ਿਆਦਾ ਸਾਰੇ ਬੇਰ ਜਿਹੜੇ ਨੇ ਉਹ ਲੱਗੇ ਹੁੰਦੇ ਨੇ ਔਰ ਬਹੁਤ ਮਿੱਠੇ ਨੇ ਉਹ, ਔਰ ਉਹਨਾਂ ਨਾਲ ਜ਼ਿਕਰ ਇਸ ਵਾਸਤੇ ਮੈਂ ਕੀਤਾ ਹੈ ਕਿਉਂਕਿ ਗੁਰਦੁਆਰਾ ਬਾਬੇ ਦੀ ਬੇਰੀ, ਬੇਰ ਸਾਹਿਬ, ਠੀਕ ਹੈ ਜੀ, ਹੋਰ ਬਹੁਤ ਜ਼ਿਆਦਾ ਸਾਰੇ ਗੁਰਦੁਆਰੇ ਨੇ। ਆਹ ਦੇਖੋ ਤੁਸੀਂ, ਬਹੁਤ ਭਰਵੇਂ ਬੇਰ ਲੱਗਦੇ ਆ ਜੀ ਇੱਥੇ। ਇਹ ਜਿਹੜੀਆਂ ਨੇ ਇਹ ਮਲਿਆਂ ਦੇ ਬੇਰ ਨੇ ਜੀ, ਇਹ ਸਾਡੇ ਪੰਜਾਬ ਦਾ ਗਵਾਚਿਆ ਹੋਇਆ ਕਲਚਰ ਹੈ ਜੀ। ਮਲਿਆਂ ਦੇ ਬੇਰ ਵੈਰੀ ਕਲੋਜ਼ ਟੂ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ, ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲਾਹੌਰ ਤੋਂ ਆਉਂਦਾ ਹੋਇਆ ਟਰੈਕ ਦਰਬਾਰ ਸਾਹਿਬ ਕਰਤਾਰਪੁਰ ਨੂੰ, ਔਰ ਇਹ ਜਾ ਰਿਹਾ ਚੱਕਮਰੂ ਨੂੰ ਜਾਂ ਸ਼ਕਰਗੜ੍ਹ ਨੂੰ, ਨੂਰਕੋਟ ਨੂੰ, ਮਰਿਆਲ ਨੂੰ। ਦੇਖਦੇ ਰਹੋ ਸਟੇਟ ਟਿਊਨ ਰੇਡੀਓ ਵਾਇਸ ਆਫ ਪੰਜਾਬ, ਚੈਰਿਟੀ ਬੇਸਡ ਰੇਡੀਓ ਹੈ ਜੀ, ਪਲੀਜ਼ ਇਹਨਾਂ ਦੇ ਨਾਲ ਤੁਸੀਂ ਤਾਵਨ ਕਰੋ। ਟੈਕਸਸ ਵਾਲਿਆਂ ਨੂੰ, ਵੀਰਾਂ ਨੂੰ ਮੈਨੂੰ ਫੁੱਲੀ ਰਿਕੁਐਸਟ ਹੈ
ਕਿ ਅਸੀਂ ਇਹ ਸਾਰੇ ਉਪਰਾਲੇ ਇਸ ਵਾਸਤੇ ਦਿਖਾ ਰਹੇ ਹਾਂ ਤਾਂ ਕਿ ਤੁਹਾਨੂੰ ਜਾਗਰੂਕ ਹੋ ਸਕੇ, ਸੰਗਤ ਨੂੰ ਪਤਾ ਚੱਲੇ ਕਿ ਓਰੀਜਨਲ ਚੀਜ਼ਾਂ ਜਿਹੜੀਆਂ ਨੇ ਉਹ ਕਿੱਥੇ ਕਿੱਥੇ ਪਈਆਂ ਨੇ। ਅਤੇ ਦੁਆ ਕਰਨਾ ਕਮਲਪ੍ਰੀਤ ਸਿੰਘ ਵੀਰ ਜੀ ਲਈ, ਔਰ ਤੁਸੀਂ ਅੱਗੇ ਵਧਾਓ ਇਸ ਚੀਜ਼ ਨੂੰ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ, ਰੱਬ ਰੱਖਾ।